ਚਲੋ ਵੀ ਮਿੱਤਰੋ ਆਪਾਂ ਲੈ ਕੇ ਆਉਣ ਲੱਗੇ ਹਾਂ ਦੂਜਾ ਵਲੌਗ ਤੁਹਾਡੇ ਲਈ ਅਤੇ ਆਪਾਂ ਹੁਣ ਕਰਦੇ ਹਾਂ ਸਟਾਰਟਿੰਗ। ਆਪਾਂ ਉੱਠੇ ਹਾਂ ਹੁਣੇ ਹੁਣੇ 12 ਵੱਜ ਗਏ ਆ ਅਤੇ ਆਪਾਂ ਹੁਣੇ ਉੱਠੇ ਹਾਂ। ਹੁਣ ਤੁਹਾਨੂੰ ਦੱਸਦੇ ਹਾਂ ਆਪਾਂ ਦਿਨ 'ਚ ਸਾਰਾ ਦਿਨ ਕੀ ਕਰਦੇ ਹਾਂ ਅਤੇ ਇੱਦਾਂ ਹੀ ਹੁਣ ਜੁੜੇ ਰਹੋ ਸਾਡੇ ਨਾਲ। ਤੁਸੀਂ ਪਹਿਲੇ ਵਲੌਗ ਨੂੰ ਬਹੁਤ ਪਿਆਰ ਦਿੱਤਾ, ਥੈਂਕ ਯੂ ਤੁਹਾਡਾ ਸਾਰਿਆਂ ਦਾ, ਅਤੇ ਇਸੇ ਕਰਕੇ ਆਪਾਂ ਦੂਜਾ ਵਲੌਗ ਲੈ ਕੇ ਆਏ ਤੁਹਾਡੇ ਲਈ ਅਤੇ ਸਪੋਰਟ ਕਰਿਓ, ਇੱਦਾਂ ਖਿੱਚ ਕੇ ਰੱਖਿਓ। ਯਾਰ ਵੇਖਲਾ ਬੰਦਾ ਵੀ ਕੀ ਕਰੇ, ਹੁਣੇ ਮੈਂ ਉੱਠਿਆ ਅਤੇ ਕੰਮ ਬਹੁਤ ਆ ਬਾਬੇ, ਅਤੇ ਉਹਦਾ ਕਰਕੇ ਹੁਣ ਦੇਖਦੇ ਹਾਂ ਕੀ ਕਰਦੇ ਹਾਂ। ਹੁਣੇ ਉੱਠੇ ਹਾਂ ਅਤੇ ਸਾਰੇ ਦਿਨ 'ਚ ਕੀ ਕਰਾਂਗੇ ਉਹ ਤੁਹਾਨੂੰ ਸਾਰਾ ਅਸੀਂ ਦੱਸਾਂਗੇ, ਅਤੇ ਬਾਕੀ ਹੁਣ ਜੁੜੇ ਰਹੋ। ਆਹ ਦੇਖੋ ਜਿੱਦਾਂ ਹੁਣ ਵਾਧੂ ਫੋਨ ਆਪਣੇ ਜਿੱਦਾਂ ਪਏ ਰਹਿੰਦੇ ਆ, ਜਿੱਦਾਂ ਮਰਜ਼ੀ ਦੇਖੋ ਆਈਫੋਨ ਦਾ ਪੌਦੇ ਰੁਲੇ ਹੋਏ ਆ, ਵਾ ਚੜ੍ਹਦੀ ਆਪਣੀ ਚੜ੍ਹਾਈ ਆ, ਹੈ ਨਾ। ਹੁਣ ਬਾਕੀ ਤੁਸੀਂ ਕਰਾਉਣੀ ਆ, ਦੇਖੋ ਕੀ ਬਣਦਾ। ਬਾਏ ਬਾਏ। ਲਓ ਵੀ ਮਿੱਤਰੋ, ਬਾਹਰ ਬੱਦਲ ਹੋ ਗਿਆ ਵਾ, ਮੀਂਹ ਆ ਗਿਆ, ਅਤੇ ਦੇਖੋ ਬਾਹਰ ਮੀਂਹ ਆ ਗਿਆ ਵਾ, ਬੱਦਲ ਬਹੁਤ ਜ਼ਿਆਦਾ ਵਾ, ਅਤੇ ਮੀਂਹ ਹੁਣ ਆਊਗਾ ਅਤੇ ਆਨੰਦ ਲਵਾਂਗੇ ਠੰਡੇ ਮੌਸਮ ਦਾ। ਅਤੇ ਹੋਰ ਦੱਸੋ ਸਿਹਤਾਂ ਕਿੱਦਾਂ, ਸਾਰਿਆਂ ਨੇ ਠੀਕ ਨੇ? ਮੈਨੂੰ ਕੋਈ ਗੱਲ ਨਹੀਂ ਆਉਂਦੀ ਕਿਉਂਕਿ ਮੈਂ ਕਦੇ ਵਲੌਗ ਬਣਾਇਆ ਨਹੀਂ, ਪਹਿਲਾਂ ਬਣਾਇਆ ਸੀਗਾ ਕਿ ਹੁਣ ਤੁਸੀਂ ਬਹੁਤ ਪਿਆਰ ਦਿੱਤਾ, ਅਤੇ ਹੁਣ ਇਹ ਦੂਜਾ ਵਲੌਗ ਆ। ਥੈਂਕ ਯੂ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ। ਮੀਂਹ ਆ ਗਿਆ ਦੇਖੋ, ਇੱਥੇ ਸਾਡੀ ਬਿੱਲੀ ਵੀ ਰੱਖੀ ਹੋਣੀ ਆ, ਤੁਹਾਨੂੰ ਪਤਾ ਨਹੀਂ ਕਿੱਥੇ ਗਈ ਆ ਬਿੱਲੀ। ਤੁਹਾਨੂੰ ਅਸੀਂ ਬਿੱਲੀ ਦਿਖਾਉਣੀ ਸੀਗੀ ਅਤੇ ਤੁਹਾਨੂੰ ਮੈਂ ਕਿਹਾ ਸੀ ਕਿ ਬਿੱਲੀ ਦਿਖਾਵਾਂਗੇ, ਪਰ ਬਿੱਲੀ ਸਾਡੀ ਦੌੜ ਗਈ, ਪਤਾ ਨਹੀਂ ਕਿੱਥੇ ਚੱਲ ਗਈ ਆ, ਅਤੇ ਹੁਣ ਪਤਾ ਨਹੀਂ ਕਿੱਧਰ ਗਈ ਆ, ਅਤੇ ਜਦੋਂ ਆਈ ਅਤੇ ਜ਼ਰੂਰ ਤੁਹਾਨੂੰ ਦਰਸ਼ਨ ਕਰਾਵਾਂਗੇ। ਬਾਕੀ ਦੇਖੋ ਅੱਗੇ ਆ ਕੇ ਉਹ ਤਾਂ ਹੈ ਕਿਆ। ਲਓ ਵੀ ਮੀਂਹ ਆ ਗਿਆ ਮਿੱਤਰੋ, ਤੇਜ਼ ਹੋ ਗਿਆ ਵਾ, ਅਤੇ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਗੱਲ ਕਿਹੜੀ ਕਰੀਏ ਤੁਹਾਡੇ ਨਾਲ, ਕਿਹੜੀ ਗੱਲ ਕਰੀਏ, ਤੁਸੀਂ ਦੱਸ ਲਓ ਕਿਹੜੀ ਗੱਲ ਕਰਨੀ ਆਪਾਂ। ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਕਿੱਦਾਂ ਲੱਗਾ ਵਲੌਗ, ਅਤੇ ਜਿੱਦਾਂ ਜਿੱਦਾਂ ਤੁਹਾਡੀ ਸਪੋਰਟ ਹੋਊਗੀ ਅਗਲਾ ਆਪਾਂ ਵਲੌਗ ਲੈ ਕੇ ਆਵਾਂਗੇ ਜ਼ਰੂਰ, ਅਤੇ ਦੇਖੋ ਕੀ ਬਣਦਾ। ਮੀਂਹ ਆ ਗਿਆ ਵੀ, ਮੀਂਹ ਆ ਗਿਆ ਮਿੱਤਰੋ। ਲਓ ਵੀ ਮਿੱਤਰੋ, ਆਪਾਂ ਲਿਆ ਹੁਣ ਨਹਾ, ਅਤੇ ਹੁਣ ਮੀਂਹ ਵੀ ਰੱਬ ਤਾਂ ਹੀ ਪਾਈ ਜਾਂਦਾ ਕਿਉਂਕਿ ਰੱਬ ਨੂੰ ਪਤਾ ਸੀ ਅੱਜ ਨੇ ਟਾਈਮ ਨਾਲ ਨਹਾਉਣਾ ਵਾ, ਅਤੇ ਤਾਂ ਕਰਕੇ ਹੁਣ ਆਪਾਂ ਨਹਾ ਕੇ ਤਾਂ ਹੋ ਗਿਆ ਵਾ ਫਰੈਸ਼, ਅਤੇ ਹੁਣ ਆਪਾਂ ਅੱਗੇ ਅੱਗੇ ਦੇਖੋ ਹੋਰ ਤਾਂ ਹੈ ਕਿਆ। ਲਓ ਵੀ ਆ ਗਿਆ ਵੀ, ਬਿੱਲੀ ਆ ਗਈ ਆ, ਅਤੇ ਕਰੋ ਦਰਸ਼ਨ ਬਿੱਲੀ ਦੇ, ਅਤੇ ਆ ਗਈ ਸਾਡੀ ਬਿੱਲੀ, ਆ ਜਾ ਮਿੱਤਰੋ। ਆਪਾਂ ਅਗਰ ਸੂਈ 'ਚ ਅਤੇ ਘਰ ਦੇ ਘਰ ਹੈ ਨੇਗੇ, ਕੁਛ ਖਾਣ ਲਈ ਬਣਾ ਲਈਏ, ਅਤੇ ਆਪਾਂ ਨੂੰ ਆਪ ਹੀ ਬਣਾਉਣਾ ਪੈਣਾ ਵਾ ਖਾਣ ਨੂੰ, ਬਣਾਉਣਾ ਤਾਂ ਕੀ ਆ ਬਸ, ਬ੍ਰੈਡ ਅਤੇ ਪੀਨਟ ਬਟਰ ਲਾ ਲਈਏ ਅਤੇ ਖਾ ਲਈਏ, ਡਾਇਟ ਕਰ ਲਈਏ ਪੂਰੀ, ਅਤੇ ਫਿਰ ਮਿਲਦੇ ਹਾਂ। ਵੀ ਮਿੱਤਰੋ ਆਪਾਂ ਹੁਣ ਬ੍ਰੈਡ 'ਤੇ ਲਾ ਲਿਆ ਵਾ, ਪੀਨਟ ਬਟਰ ਆਪਾਂ ਨੂੰ ਲੱਭਾ ਨਹੀਂ, ਖਤਮ ਹੋਇਆ ਵਾ, ਅਤੇ ਨੁਟੇਲਾ ਲਾ ਕੇ ਅਤੇ ਲੱਗਾ ਮੈਂ ਖਾਣ। ਓਕੇ ਬਾਏ ਬਾਏ, ਚੀਅਰਸ। ਆਪਾਂ ਖਾ ਲਿਆ ਬ੍ਰੈਡ, ਅਤੇ ਹੁਣ ਆਪਾਂ ਲੱਗਿਆ ਸੌਣ ਘੰਟਾ ਇੱਕ, ਅਤੇ ਬਾਅਦ 'ਚ ਦੇਖਦੇ ਹਾਂ ਕੀ ਬਣਦਾ, ਰੈਸਟ ਕਰ ਲਈਏ ਹੁਣ ਫਿਰ, ਅਤੇ ਬਾਏ ਬਾਏ, ਮਿਲਦੇ ਹਾਂ ਫਿਰ ਇੱਕ ਵਾਰੀ। ਮਿੱਤਰੋ ਅਸੀਂ ਚੱਲੇ ਅੱਜ ਟੂਰਨਾਮੈਂਟ ਦੇ, ਜਿੱਥੇ ਪੱਲੂ ਸੰਧੂ ਖੇਡ ਰਿਹਾ, ਪੱਲੂ ਸੰਧੂ ਭਰਾ ਸਰਕਾਰ ਦੇ ਵਿੱਚ ਵੀ ਬਹੁਤ ਅਹਿਮ ਰੋਲ ਰਿਹਾ ਧੰਦੇ ਮੁੰਡੇ ਵਾਲੇ ਕਹਿੰਦੇ ਬਣਾ ਸਕਦੇ।
लो भी मित्रों पहुँच गए आप हूँ घर तो हमने मैच तो आए हाँ तो कि लगा देख तुम दसा गया हूँ तुम्हें बाकी ढाबे से शेयर सपोर्ट करो पूरी फुल तो धन्यवाद सारे का पहले तुम बहुत सपोर्ट की तो हूँ भी इदा ही करो तो अगे भी इदा ब्लॉग लेके आवेंगे ढाबे सपोर्ट तुम फुल करो तो धन्यवाद सारे का भी।